ਜਿਹਨੂੰ ਹਿਲਾਉਣਾ ਤਾਂ ਸਾਡੀ ਬਾਹਰ ਆ ਜਾਂਦਾ। ਇੰਪੈਲਰ ਦੇ ਵਿੱਚ ਸੀਲ ਲੱਗੀ ਹੈ, ਸੀਲ ਠੀਕ ਆ, ਸੀਲ ਜਾਮ ਨਹੀਂ ਸੀ ਹੈ। ਬਾਅਦ ਚੀਜ਼ਾਂ ਯਾਨੀ ਉਹਨਾਂ ਨੂੰ ਤੇਲ ਸ਼ੇਲ ਦੇ ਲਈਦਾ, ਜਿਵੇਂ ਪੱਖੇ ਵਗੈਰਾ ਹੁੰਦੇ ਨੇ, ਇਹਨੂੰ ਤੇਲ ਨਹੀਂ ਆਉਂਦਾ, ਇਹ ਜਿਹੜਾ ਬੈਰਿੰਗ ਬਦਲਣਾ ਪੈਂਦਾ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਅਸਲਾਮੁ ਅਲੈਕੁਮ, ਕੀ ਹਾਲ ਹੈ ਜਨਾਬ? ਉਮੀਦ ਹੈ ਕਿ ਅੱਲਾਹ ਦੀ ਮਿਹਰਬਾਨੀ ਨਾਲ ਤੁਸੀਂ ਬਿਲਕੁਲ ਠੀਕ ਠਾਕ ਹੋ ਨੇ, ਔਰ ਅਲਹਮਦੁਲਿਲਾਹ ਤੁਹਾਡੇ ਭਰਾਵਾਂ ਦੀ ਦੁਆਵਾਂ ਦੇ ਨਾਲ ਮੈਂ ਵੀ ਬਿਲਕੁਲ ਠੀਕ ਠਾਕ। ਮੇਰਾ ਨਾਮ ਹੈ ਨੋਮੀ, ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਹੈ ਨੋਮੀ ਇਲੈਕਟ੍ਰਿਕ ਸਟੋਰ, ਅਤੇ ਅੱਜ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਇਸ ਵੀਡੀਓ 'ਚ ਅਸੀਂ ਗੱਲਬਾਤ ਕਰਾਂਗੇ ਇਸ ਪੰਪ ਦੇ ਬਾਰੇ। ਅਗਰ ਤੁਹਾਡਾ ਵੀ ਪੰਪ ਜਾਮ ਹੋ ਗਿਆ ਤਾਂ ਅਸੀਂ ਇਸ ਵੀਡੀਓ ਵਿੱਚ ਦੱਸਾਂਗੇ ਕਿ ਪੰਪ ਦੀ ਕਿਹੜੀ ਐਸੀ ਚੀਜ਼ ਹੈ, ਇਹਦੇ ਬੈਰਿੰਗ ਜਾਮ ਹੁੰਦੇ ਨੇ ਜਾਂ ਇਹਦੇ ਵਿੱਚ ਸਲੋਕਰ ਹੁੰਦਾ ਉਹ ਜਾਮ ਹੁੰਦਾ, ਕਿਹੜੀ ਚੀਜ਼ ਹੈ ਉਹ ਜਿਹੜੀ ਜਾਮ ਹੁੰਦੀ ਹੈ। ਐਨ ਇਨਸ਼ਾਅੱਲਾ ਤਾਲਾ ਤੁਹਾਨੂੰ ਅਸੀਂ ਅੱਜ ਦੀ ਇਸ ਵੀਡੀਓ 'ਚ ਦੱਸਾਂਗੇ। ਇਸ ਵੀਡੀਓ ਨੂੰ ਤੁਸੀਂ ਐਂਡ ਤੱਕ ਵੇਖਿਓ, ਉਮੀਦ ਹੈ ਕਿ ਤੁਹਾਨੂੰ ਸਾਰਾ ਕੰਮ ਦਾ ਪਤਾ ਲੱਗ ਜਾਏਗਾ ਇਹਦੇ ਵਿੱਚ ਕਿਹੜੀ ਐਸੀ ਚੀਜ਼ ਹੈ ਜਿਹੜੀ ਜਾਮ ਹੁੰਦੀ ਹੈ, ਕਿਹੜੀ ਚੀਜ਼ ਤੁਸੀਂ ਨਵੀਂ ਪਵਾਉਣੀ ਹੈ ਜਾਂ ਕਿਹੜੀ ਚੀਜ਼ ਜਿਹੜੀ ਖਰਾਬ ਹੈ ਉਹਨੂੰ ਤੁਸੀਂ ਬਦਲਣਾ। ਅਤੇ ਅਗਰ ਤੁਸੀਂ ਅੱਜ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਨੋਮੀ ਇਲੈਕਟ੍ਰਿਕ ਸਟੋਰ ਨੂੰ ਸਬਸਕ੍ਰਾਈਬ ਕਰ ਦਿਓ, ਅਤੇ ਨਾਲ ਹੀ ਘੰਟੀ ਦਾ ਬਟਨ ਵੀ ਉਹਨੂੰ ਦਬਾ ਦਿਓ ਤਾਂ ਕਿ ਮੈਂ ਜਦ ਨਵੀਂ ਵੀਡੀਓ ਬਣਾ ਕੇ ਅਪਲੋਡ ਕਰਾਂ ਉਹਦਾ ਸਾਰਿਆਂ ਨਾਲ ਪਹਿਲੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਵੇ। ਆਇਆ ਕਿ ਅਸੀਂ ਉਹਦਾ ਇਹ ਨੁਕਸ ਵੇਖਣਾ ਇਹਦੇ ਵਿੱਚ ਜਾਮ ਕਿਹੜੀ ਚੀਜ਼ ਹੈ, ਇਹਦੇ ਵਿੱਚ ਆਇਆ ਇਹਦੇ ਬੈਰਿੰਗ ਜਾਮ ਨੇ ਜਾਂ ਇਹਦੇ ਵਿੱਚ ਸਨੋਕਰ ਹੁੰਦਾ, ਸਨੋਕਰ ਦੇ ਵਿੱਚ ਇੰਪੈਲਰ ਹੁੰਦਾ ਉਹ ਜਾਮ ਹੈ, ਜਿਹੜੀ ਚੀਜ਼ ਵੀ ਜਾਮ ਹੈ ਉਹ ਇਨਸ਼ਾਅੱਲਾ ਤਾਲਾ ਅਸੀਂ ਧਿਆਨ ਦੱਸਾਂਗੇ ਕਿਹੜੀ ਸ਼ਾਇਦ ਜਾ। ਸਾਰਿਆਂ ਨਾਲੋਂ ਪਹਿਲਾਂ ਇਹ ਜਿਹੜੇ ਕਾਬਲੇ ਨੇ, ਕਾਬਲੇ ਖੋਲ੍ਹਣ ਦਾ ਟਾਪਾ ਬਾਹਰ ਆ ਜਾਣਾ, ਇਹ ਕਾਬਲੇ ਮੈਂ ਕਾਹਲੀ ਕਾਹਲੀ ਦੇ ਖੋਲ੍ਹ ਲੈਂਦਾ ਵਾਂ। ਕਾਬਲੇ ਦੇ ਮੈਂ ਚਾਰ ਪੇਚ ਲੱਗੇ ਹੁੰਦੇ ਨੇ, ਚਾਰ ਹੀ ਕਾਬਲੇ ਖੋਲ੍ਹ ਲੈਣ ਦਾ ਜਿਹੜਾ ਟਾਪਾ ਬਾਹਰ ਆ ਗਿਆ ਖਾ ਹੈ ਕਿ ਇਹ ਬਹੁਤ ਜਿਹੜਾ ਨਾ ਟਾਇਟ ਫਿਰਨ ਡਿਆ ਹੈ, ਠੀਕ ਹੈ। ਇਹ ਟਾਪਾ ਲੱਥ ਗਿਆ, ਹੁਣ ਇਹਦੀ ਜਿਹੜੀ ਅਗਲੇ ਪਾਸਾ ਹੈ ਇਹ ਜਿਹੜੇ ਅਗਲੀ ਸਾਈਡ 'ਤੇ ਇਹ ਹਾਂਡੀ ਹੈ, ਇਹ ਇਹਦੀ ਖੋਲ੍ਹਣੀ ਆ, ਇਹਦੇ ਵਿੱਚ ਸਨੋਕਰ ਹੁੰਦਾ, ਇਹ ਵੀ ਇਸੇ ਤਰੀਕੇ ਨਾਲ ਉਹਨੂੰ ਕਾਹਲੀ ਕਾਹਲੀ ਖੋਲ੍ਹ ਲੈਣਾ। ਇਹਦੇ ਸਾਰੇ ਪੇਚ ਕਾਹਲੀ ਕਾਹਲੀ ਮੈਂ ਖੋਲ੍ਹ ਲੈਣਾ। ਹੁਣ ਇਹਨੂੰ ਇਹ ਜਿਹੜੀ ਹੈ ਅਗਲੀ ਹਾਂਡੀ ਹੈ, ਹਾਂਡੀ ਨੂੰ ਲੈ ਦਾ ਤੁਸੀਂ, ਜੇ ਇਹਨੂੰ ਹਿਲਾਉਣਾ ਤਾਂ ਹਾਂਡੀ ਬਾਹਰ ਆ ਜਾਂਦੀ। ਇਹ ਜਿਹੜੀ ਹੈ ਇਹਦੀ ਹਾਂਡੀ ਲਾਦਾ ਹੋ ਗਈ ਹੈ, ਇਹ ਵੀ ਇਹਦੇ ਵਿੱਚ ਸਨੋਕਰ, ਸਨੋਕਰ ਦੇ ਵਿੱਚ ਇੰਪੈਲਰ ਹੁੰਦਾ ਹੈ, ਪੱਖਾ ਜਿਹਦੇ ਵਿੱਚ ਸੀਲ ਹੁੰਦੀ ਹੈ ਉਹ ਵੀ ਜਾਮ ਹੁੰਦੀ ਹੈ। ਅਗਰ ਜੇ ਆਹ ਸਹੀ ਹੋਇਆ ਤਾਂ ਜਿਹੜੇ ਬੈਰਿੰਗ ਨੇ ਉਹ ਜਾਮ ਹੁੰਦੇ ਨੇ, ਇਹਨੂੰ ਵੀ ਮੈਂ ਕਾਹਲੀ ਕਾਹਲੀ ਖੋਲ੍ਹ ਲੈਂਦਾ। ਇਹ ਇੰਪੈਲਰ ਆ ਗਿਆ ਮੇਰੇ ਕੋਲ, ਇਹ ਕਾਫੀ ਜਿਹੜਾ ਨਾ ਜਾਮ ਫਿਰਨ ਡਿਆ ਹੈ, ਇਹ ਹੁਣ ਇਹਨੂੰ ਮੈਂ ਖੋਲ੍ਹ ਲਵਾਂ ਕਿ ਖੋਲ੍ਹਿਆ ਫਿਰ ਵਾਜ਼ਿਆ ਪਤਾ ਲੱਗ ਜਾਏਗਾ ਬੈਰਿੰਗ ਕਿਤੇ ਜਾਮ ਨੇ ਕਿ ਸੀਲ ਵਿੱਚ ਜਾਮ। ਪੱਖਾ ਵੀ ਤਾਂ ਬਾਹਰ ਆ ਗਿਆ, ਹੁਣ ਇਹਨੂੰ ਇੱਕ ਸਾਈਡ 'ਤੇ ਰੈਂਚ ਪਾਉਣਾ, ਇੱਕ ਸਾਈਡ 'ਤੇ ਪਾਣਾ ਪਾਉਣਾ ਅਤੇ ਇਹ ਖੁੱਲ੍ਹ ਜਾਏਗਾ। ਇੰਪੈਲਰ ਵੀ ਤਾਂ ਬਾਹਰ ਆ ਗਿਆ, ਇੰਪੈਲਰ ਦੇ ਵਿੱਚ ਸੀਲ ਲੱਗੀ ਹੈ, ਸੀਲ ਠੀਕ ਆ, ਸੀਲ ਜਾਮ ਨਹੀਂ ਸੀ ਹੈ। ਅਗਰ ਸੀਲ ਜਾਮ ਹੋਵੇ ਤਾਂ ਇਹ ਵਾਲੀ ਜਿਹੜੀ ਸੀਲ ਹੈ ਇਹਦੇ ਰੂਟਰ ਦੇ ਨਾਲ ਹੀ ਰਹਿ ਜਾਂਦੀ ਹੈ। ਇਹਦਾ ਤਾਂ ਸਾਨੂੰ ਇਹ ਮਹਿਸੂਸ ਹੋਇਆ ਕਿ ਜਿਹੜੀ ਸੀਲ ਹੈ ਸੀਲ ਜਾਮ ਨਹੀਂ ਸੀ, ਅਤੇ ਬੈਰਿੰਗ ਜਾਮ ਨੇ, ਹੁਣ ਬੈਰਿੰਗ ਵੀ ਤਾਂ ਖੋਲ੍ਹਣਾ ਕਾਹਲੀ ਕਾਹਲੀ। ਥੌੜੀ ਦੇ ਨਾਲ ਇਹਨੂੰ ਪੋਲੀ ਪੋਲੀ ਸੱਟ ਲਾਉਣੀ ਅਤੇ ਟਾਪਾ ਬਾਹਰ ਆ ਜਾਵੇ। ਟਾਪਾ ਵੀ ਬਾਹਰ ਆ ਗਿਆ ਬੈਰਿੰਗ ਵਿੱਚ, ਇੱਥੇ ਚੂੜੀ ਹੁੰਦੀ ਹੈ ਇਹਦੇ ਨਾਲ ਥੋੜ੍ਹੀ ਨਾਲ ਸੱਟ ਨਹੀਂ ਲਾਉਣੀ, ਲੱਕੜੀ ਦਾ ਗੁਟਕੇ ਨਾਲ ਇੱਥੇ ਸੱਟ ਲਾਉਣੀ ਹੈ। ਰੂਟਰ ਸਾਡਾ ਬਾਹਰ ਆ ਗਿਆ, ਬਾਜ਼ਕਾਰ ਦਾ ਰੂਟਰ ਵੀ ਜਾਮ ਹੋ ਜਾਂਦਾ, ਲੇਕਿਨ ਇਹ ਬੈਰਿੰਗ ਬਿਲਕੁਲ ਸਹੀ ਹੈ। ਇਹ ਜਿਹੜਾ ਬੈਰਿੰਗ ਸੀ ਬੈਰਿੰਗ ਦੇ ਵਿੱਚ ਜਾਮ ਸੀ, ਇਹ ਬੈਰਿੰਗ ਅੱਗੇ ਬੈਰਿੰਗ ਹੁੰਦਾ ਹੈ, ਬਾਅਦ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਤੇਲ ਸ਼ੇਲ ਦੇ ਲਈਦਾ, ਜਿਵੇਂ ਪੱਖੇ ਵਗੈਰਾ ਹੁੰਦੇ ਨੇ, ਇਹਨੂੰ ਤੇਲ ਨਹੀਂ ਆਉਂਦਾ, ਇਹ ਜਿਹੜਾ ਬੈਰਿੰਗ ਬਦਲਣਾ ਪੈਂਦਾ। ਇਹਦਾ ਸਾਡਾ ਜਿਹੜਾ ਜਾਮ ਸੀ ਉਹ ਬੈਰਿੰਗ ਜਾਮ ਸੀ, ਸੀਲ ਜਿਹੜੀ ਹੈ ਠੀਕ ਸੀ, ਸੀਲ ਜਾਮ ਨਹੀਂ ਸੀ। ਵੈਸੇ ਅਸੀਂ ਇਹਦੀ ਜਦੋਂ ਸੀਲ ਹੁਣ ਅਸੀਂ ਇਹਨੂੰ ਬਦਲਣਾ, ਸੀਲ ਇਹਦੀ ਅਸੀਂ ਨਵੀਂ ਪਾਉਣੀ ਹੈ। ਬੈਰਿੰਗ ਹੀ ਅਤੇ ਜਾਮ ਸਨ, ਬੈਰਿੰਗ ਤੁਸੀਂ ਵੇਖ ਸਕਦੇ ਹੋ ਕਿ ਮੈਂ ਬੈਰਿੰਗ ਦੋਵੇਂ ਨਵੇਂ ਪਾਏ ਨੇ, ਨਿੱਜੀ ਕੰਪਨੀ ਦੇ ਬੈਰਿੰਗ ਨੇ, ਨੰਬਰ ਇਹਨਾਂ ਦਾ 603 ਹੈ, ਮੈਂ ਨਵਾਂ ਪਾ ਦਿੱਤਾ, ਇਹ ਵੀ ਬੈਰਿੰਗ ਜਿਹੜਾ ਨਾ ਇਹ ਮੈਂ ਬਦਲ ਦਿੱਤਾ। ਅਤੇ ਰਹੀ ਸੀਲ ਵਾਲੀ ਗੱਲ, ਸੀਲ ਜਿਹੜੀ ਹੈ ਸੀਲ ਵੀ ਇਹਦੇ ਵਿੱਚ ਮੈਂ ਨਵੀਂ ਪਾ ਦਿੱਤੀ ਹੈ, ਇਹ ਜਿਹੜੀ ਸੀਲ ਹੈ ਇਹ ਵੀ ਸਹੀ ਹੈ। ਚੀਜ਼ਾਂ ਮੈਂ ਨਵੀਆਂ ਪਾਤੀਆਂ ਨੇ, ਇਹ ਹੁਣ ਮੈਂ ਕਾਹਲੀ ਕਾਹਲੀ ਫਿੱਟ ਕਰਨਾ ਵਾਂ,
ਤੇ ਜਿਹੜੇ ਆ ਬੈਰੀਆਂ ਦੀ ਮੁਕੰਮਲ ਫਿਟਣਗੇ ਇਹ ਜਿਹੜੀ ਵੀਡੀਓ ਹੈ ਇਹ ਉੱਪਰੋਂ ਤੁਹਾਨੂੰ ਆਈ ਬਟਨ ਦੇ ਵਿੱਚ ਵੀਡੀਓ ਮਿਲ ਜਾਏਗੀ, ਡਿਸਕ੍ਰਿਪਸ਼ਨ ਦੇ ਵਿੱਚ ਇਹਦਾ ਲਿੰਕ ਵੀ ਮਿਲ ਜਾਏਗਾ। ਅਤੇ ਇਹ ਸੀਲ ਕਿਵੇਂ ਫਿੱਟ ਕਰਨੀ ਹੈ ਇਹਦਾ ਵੀ ਤੁਹਾਨੂੰ ਆਈ ਬਟਨ ਵਿੱਚ ਵੀਡੀਓ ਮਿਲ ਜਾਏਗੀ, ਡਿਸਕ੍ਰਿਪਸ਼ਨ 'ਚੋਂ ਲਿੰਕ ਵੀ ਮਿਲ ਜਾਏਗਾ ਕਿ ਸੀਲ ਪ੍ਰੋਪਰ ਤਰੀਕੇ ਦੇ ਨਾਲ ਕਿਵੇਂ ਬਦਲਣੀ ਹੈ। ਅਤੇ ਇਹ ਜਿਹੜੇ ਬੈਰਿੰਗ ਨੇ ਇਹਦੇ 'ਤੇ ਬੈਰਿੰਗ ਜਾਮ ਹੋਏ ਸਨ, ਇਸ ਵੀਡੀਓ 'ਚ ਮੈਂ ਦੱਸਿਆ ਕਿ ਚੀਜ਼ ਜਾਮ ਕਿਹੜੀ ਹੁੰਦੀ ਹੈ। ਅਤੇ ਹੁਣ ਮੈਂ ਇਸ ਤੋਂ ਅਗਲੀ ਵੀਡੀਓ ਵਿੱਚ ਤੁਹਾਨੂੰ ਦੱਸਾਂਗਾ ਕਿ ਬੈਰਿੰਗ ਜਾਮ ਕਿਉਂ ਹੁੰਦੇ ਨੇ, ਬੈਰਿੰਗ ਜਾਮ ਕਿਉਂ ਹੁੰਦੇ ਨੇ, ਜਾਂ ਜਦੋਂ ਮੋਟਰ ਅਸੀਂ ਵੈਸੇ ਚਲਾਉਂਦੇ ਹਾਂ ਹੱਥ ਨਾਲ ਮੋਟਰ ਦਾ ਜਿਹੜਾ ਰੂਟਰ ਰਵਾਂ ਘੁੰਮਦਾ ਹੈ ਬਿਲਕੁਲ ਆਸਾਨੀ ਦੇ ਨਾਲ ਘੁੰਮਦਾ, ਲੇਕਿਨ ਜਦੋਂ ਮੋਟਰ ਚਲਾਈ ਦੀ ਉਦੋਂ ਜਾਮ ਹੋ ਜਾਂਦਾ। ਉਹ ਇਨਸ਼ਾਅੱਲਾ ਤਾਲਾ ਮੈਂ ਤੁਹਾਨੂੰ ਅਗਲੀ ਵੀਡੀਓ 'ਚ ਦੱਸਾਂਗਾ ਕਿ ਉਹ ਕਿਵੇਂ ਜਾਮ ਹੁੰਦਾ। ਅਤੇ ਇਹ ਤੁਸੀਂ ਵੀਡੀਓ ਮੁਕੰਮਲ ਜਿਹੜੀ ਹੈ ਤੁਸੀਂ ਆਈ ਬਟਨ 'ਚ ਜਾਂ ਡਿਸਕ੍ਰਿਪਸ਼ਨ ਦੇ ਵਿੱਚੋਂ ਬੈਰਿੰਗ ਬਦਲਣ ਦਾ ਵੀ ਤੁਹਾਨੂੰ ਲਿੰਕ ਮਿਲ ਜਾਏਗਾ, ਤੁਸੀਂ ਵੇਖ ਸਕਦੇ ਹੋ ਕਿ ਬੈਰਿੰਗ ਕਿਵੇਂ ਬਦਲਣੇ ਨੇ, ਸੀਲ ਬਦਲਣ ਦਾ ਵੀ ਲਿੰਕ ਮਿਲ ਜਾਏਗਾ। ਅਤੇ ਇਹਨੂੰ ਮੈਂ ਕਾਲੀ ਕਾਲੀ ਫਿੱਟ ਕਰਕੇ ਵਿਖਾਉਂਦਾ ਕਿ ਜਾਮ ਹੈ ਅੱਗੇ ਕਿੰਨਾ ਜਾਮ। ਪੱਖਾ ਪਹਿਲੇ ਬਹੁਤ ਜਾਮ ਹੈ ਪੂਰੇ ਹੱਥ ਨਾਲ ਨਹੀਂ ਘੁੰਮਦਾ, ਹੁਣ ਉਂਗਲੀ ਦੇ ਨਾਲ ਹੀ ਪੱਖਾ ਘੁੰਮੀ ਜਾਣ ਡਿਆ ਹੈ। ਸਾਰੀ ਫਿੱਟ ਹੋ ਗਈ ਹੈ, ਹੁਣ ਮੈਂ ਤੈਨੂੰ ਚਲਾ ਕੇ ਵਿਖਾਉਂਦਾ ਕਿ ਆਵਾਜ਼ ਵਿੱਚ ਕਿੰਨਾ ਕੁ ਫਰਕ ਪਿਆ। ਪਹਿਲੇ ਜਾਮ ਸੀ, ਇਹਦੀ ਆਵਾਜ਼ ਵੀ ਬਹੁਤ ਤੇਜ਼ ਸੀ ਅਤੇ ਮੋਟਰ ਜਾਮ ਵੀ ਬੜੀ ਸੀ। ਹੁਣ ਮੈਂ ਚਲਾਉਂਦਾ ਮੋਟਰ, ਹੁਣ ਮੋਟਰ ਚੱਲਣ ਡਈ ਹੈ, ਤੁਸੀਂ ਵੇਖ ਸਕਦੇ ਹੋ ਕਿ ਇਹਦੀ ਆਵਾਜ਼ ਇਸ ਤਰ੍ਹਾਂ ਹੈ ਕਿ ਜਿਵੇਂ ਇਹਦੀ ਆਵਾਜ਼ ਹੈ ਹੀ ਕੋਈ ਨਹੀਂ। ਇਸੇ ਤਰੀਕੇ ਦੇ ਨਾਲ ਜਿਹੜਾ ਵੀ ਕੰਮ ਸ਼ਾਮੇ ਤੁਸੀਂ ਵੀਡੀਓ ਵੇਖ ਕੇ ਕਰ ਸਕਦੇ ਹੋ। ਉਮੀਦ ਹੈ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਣੀ ਹੈ। ਇਸ ਵੀਡੀਓ 'ਚ ਤੁਹਾਨੂੰ ਪਤਾ ਲੱਗਾ ਹੋਣਾ ਕਿ ਮੋਟਰ ਦੇ ਵਿੱਚ ਕੀ ਫਾਲਟ ਸੀ, ਆਇਆ ਇਹਦੇ ਬੈਰਿੰਗ ਜਾਮ ਸਨ ਜਾਂ ਇਹਦਾ ਸਨੋਕਰ ਵਿੱਚ ਪੱਖਾ ਜਾਮ ਸੀ। ਅਗਰ ਇਹ ਵੀਡੀਓ ਪਸੰਦ ਆਈ ਹੈ ਤਾਂ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ, ਆਪਣੀ ਕੀਮਤੀ ਰਾਏ ਕਮੈਂਟ 'ਚ ਜ਼ਰੂਰ ਦੱਸਿਓ। ਅਤੇ ਮਿਲਾਂਗੇ ਤੁਹਾਨੂੰ ਬਹੁਤ ਜਲਦ ਇੱਕ ਨਵੀਂ ਨਿਕੋਰ ਵੀਡੀਓ ਦੇ ਵਿੱਚ। ਅੱਲਾ ਹਾਫਿਜ਼।